ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਸੰਗਠਨ ਕਿਸੇ ਸਮੇਂ ਬਹੁਤ ਮਜ਼ਬੂਤ ਹੁੰਦਾ ਸੀ, ਹੁਣ ਉੱਦਾਂ ਨਹੀਂ ਹੈ। ਮੈਂ ਉਸ ਗੱਲ ਨਾਲ ਮੁਤਫਿਕ ਨਹੀਂ ਹਾਂ। ਇਹ ਵੱਖਰੀ ਗੱਲ ਹੈ ਕਿ ਕੁਝ ਸਾਥੀ ਜ਼ਰੂਰ ਨਾਰਾਜ਼ ਹੋ ਕੇ ਘਰਾਂ 'ਚ ਬੈਠੇ ਹੋਏ ਨੇ, ਸ਼ਾਇਦ ਉਸ ਤਰੀਕੇ ਨਾਲ ਪਾਰਟੀਸਪੇਟ ਨਹੀਂ ਕਰਦੇ, ਪਰ 12 ਜੂਨ ਨੂੰ ਮੈਨੂੰ ਪ੍ਰਧਾਨ ਬਣਾਇਆ ਗਿਆ। ਪਹਿਲਾਂ ਧਰਨਾ ਅਗਲੇ ਦਿਨ ਹੀ 13 ਤਰੀਕ ਨੂੰ ਦਿੱਤਾ ਕਿ ਜਿਹੜਾ ਬੜਾ ਕਿ ਸਕਸੈਸਫੁਲ ਧਰਨਾ ਸੀ। ਉਸ ਤੋਂ ਬਾਅਦ ਮੈਨੂੰ ਬਾਹਰ ਜਾਣਾ ਪੈ ਗਿਆ ਔਰ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੀ ਜਿਹੜਾ ਧਰਨਾ ਇੱਥੇ ਅਗਨੀਪਥ ਸਕੀਮ ਦੇ ਖਿਲਾਫ ਹੋਇਆ ਬਹੁਤ ਸਫਲ ਹੋਇਆ, ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਹੋਏ ਔਰ ਮੀਡੀਆ ਨੇ ਵੀ ਉਹਨੂੰ ਪ੍ਰੋਪਰ ਬਹੁਤ ਵਧੀਆ ਕਵਰੇਜ ਦਿੱਤੀ। ਮੈਂ ਇੱਕ ਗੱਲ ਦਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਸਾਡੇ ਲੀਡਰ ਨੇ, ਜੋ ਕੋਈ ਘਰ ਬੈਠਾ ਹੈ, ਕੋਈ ਨਾਰਾਜ਼ ਹੈ ਜਾਂ ਕਿਸੇ ਵਜ੍ਹਾ ਨਾਲ ਨਹੀਂ ਕਾਂਗਰਸ ਭਵਨ ਦੇ ਵਿੱਚ ਆ ਰਿਹਾ ਜਾਂ ਕਾਂਗਰਸ ਦੇ ਪ੍ਰੋਗਰਾਮਾਂ 'ਚ ਨਹੀਂ ਆ ਰਿਹਾ, ਮੈਂ ਹਰ ਇੱਕ ਸਾਥੀ ਦੇ ਘਰ ਜਾਵਾਂਗਾ। ਲੋੜ ਪਈ ਤਾਂ ਉਹਨਾਂ ਨੂੰ ਮਨਾਵਾਂਗੇ ਵੀ, ਇੱਥੇ ਲੈ ਕੇ ਵੀ ਆਵਾਂਗੇ। ਪਰ ਮੈਂ ਜੋ ਅਜੇ ਤੱਕ ਦੇਖਿਆ ਕਿ ਸਾਰੇ ਸਾਥੀ ਮੇਰੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਨੇ, ਸੀਨੀਅਰ ਲੋਕ ਵੀ, ਪੁਰਾਣੇ ਸਾਥੀ ਵੀ, ਜਿਹੜੇ ਨੌਜਵਾਨ ਵੀ ਨੇ, ਹਰ ਕਿਸੇ ਦਾ ਸਹਿਯੋਗ ਮੈਨੂੰ ਮਿਲ ਰਿਹਾ। ਔਰ ਚਾਵਲਾ ਸਾਹਿਬ ਦੇ ਬੇਟੇ ਦੋਨੋਂ ਪ੍ਰਦਰਸ਼ਨਾਂ 'ਚ ਆਏ ਨੇ, ਉਹਨਾਂ ਦੇ ਵਿੱਚ ਆ ਰਹੇ ਨੇ। ਔਰ ਚਾਵਲਾ ਸਾਹਿਬ ਥੋੜ੍ਹੀ ਜਿਹੀ ਉਹਨਾਂ ਦੀ ਤਬੀਅਤ ਸ਼ੁਰੂ 'ਚ ਖਰਾਬ ਸੀ ਜਦ ਜਿਸ ਦਿਨ ਪ੍ਰਦਰਸ਼ਨ ਹੋਇਆ, ਇਸ ਕਰਕੇ ਨਹੀਂ ਆਏ। ਚਾਵਲਾ ਸਾਹਿਬ ਮੇਰੇ ਨਾਲ ਰੈਗੂਲਰ ਇਨ ਟੱਚ ਨੇ ਔਰ ਇੱਦਾਂ ਦੀ ਕੋਈ ਗੱਲ ਨਹੀਂ, ਉਹ ਸਾਡੇ ਸੀਨੀਅਰ ਲੀਡਰ ਹੈ। ਮੈਂ ਤੁਹਾਨੂੰ ਜਿਵੇਂ ਪਹਿਲੇ ਕਿਹਾ ਵੀ ਹਰ ਸੀਨੀਅਰ ਲੀਡਰ ਦਾ ਮੈਨੂੰ ਪੂਰਾ ਸਹਿਯੋਗ ਮਿਲ ਰਿਹਾ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਸਾਰੀ ਕਾਂਗਰਸ ਦੀ ਲੀਡਰਸ਼ਿਪ ਇੱਕ ਛੱਤ ਦੇ ਨੀਚੇ ਦੇਖੋ। ਕਦੇ ਹੱਲੋ ਮਾਜਰਾ, ਕਦੇ ਮੌਲੀ ਜਾਗਰਾ, ਕਦੇ ਕੋਈ ਕਾਲੋਨੀ, ਕਦੇ ਰਾਮ ਦਰਬਾਰ। ਅਗਰ ਇਹ ਸਫਾਈ ਅਭਿਆਨ ਇੰਨੀ ਇਮਾਨਦਾਰੀ ਨਾਲ ਚੱਲ ਰਿਹਾ ਹੁੰਦਾ, ਇੰਨਾ ਹੀ ਅੱਛਾ ਕੰਮ ਹੋ ਰਿਹਾ ਹੁੰਦਾ, ਤਾਂ ਸ਼ਹਿਰ ਦੇ ਹਾਲਾਤ ਨਾ ਹੁੰਦੇ। ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਵੀ ਜਿਹੜਾ ਕੰਮ ਵੀ ਹੋਏ ਇਮਾਨਦਾਰੀ ਨਾਲ ਹੋਣਾ ਚਾਹੀਦਾ। ਮਿਊਂਸੀਪਲ ਕਾਰਪੋਰੇਸ਼ਨ ਦੇ ਸਾਰੇ ਅਫਸਰਾਂ ਨੂੰ ਅਪੀਲ ਕਰਨਾ ਚਾਹੁੰਦਾ, ਸਾਰੇ ਕਾਉਂਸਲਰਸ ਨੂੰ ਵੀ ਕਹਿਣਾ ਚਾਹੁੰਦਾ, ਜੇ ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਆਪਣੇ ਜ਼ਿੰਮੇਵਾਰੀ ਦਾ ਨਿਰਵਾਹ ਠੀਕ ਢੰਗ ਨਾਲ ਕਰੋ ਅਤੇ ਪੂਰੀ ਤਰੀਕੇ ਦੇ ਨਾਲ ਜਿਹੜਾ ਸ਼ਹਿਰ ਹੈ ਇਹਦੀ ਰੱਖ ਰਖਾਵ ਦੀ ਜ਼ਿੰਮੇਵਾਰੀ ਤੁਹਾਡੀ ਹੈ ਅਤੇ ਅੱਜ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟੋ। ਆ ਜਾਓ ਮੈਦਾਨ ਦੇ ਵਿੱਚ, ਖੜ੍ਹੇ ਹੋ ਜਿੱਥੇ ਜਿੱਥੇ ਕਲੋਨੀਆਂ 'ਚ ਪਾਣੀ ਹੈ, ਖੜ੍ਹ ਜਾਓ ਅਤੇ ਲੋਕਾਂ ਦੀ ਸਮੱਸਿਆਵਾਂ ਸੁਣੋ, ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਮੇਰੀ ਇਹੀ ਅਪੀਲ ਹੈ ਸਾਰਾ। ਸੜਕਾਂ ਪਿਛਲੇ 3 ਸਾਲ ਤੋਂ ਮੈਂ ਵੀ ਦੇਖ ਰਿਹਾ ਖੱਡੇ ਹੋ ਗਏ। ਅਸੀਂ ਤਾਂ ਇੱਕ ਪ੍ਰੋਟੈਸਟ ਕੀਤਾ ਸੀ ਬੜਾ ਯੂਨੀਕ, ਉਹਦੇ 'ਚ ਖੱਡਿਆਂ 'ਚ ਕਮਲ ਦੇ ਫੁੱਲ ਜਿਹੜਾ ਬੀਜੇਪੀ ਦਾ ਇਲੈਕਸ਼ਨ ਸਿੰਬਲ ਹੈ ਉਹ ਲਾਤਾ ਸੀ ਕਿ ਸ਼ਾਇਦ ਇਹਨਾਂ ਨੂੰ ਕੁਛ ਉਹਦੇ ਵਿੱਚ ਜਾਗ ਜਾਣ, ਇਹਨਾਂ ਨੂੰ ਕੁਛ ਸ਼ਰਮ ਆ ਜਾਏ। ਪਰ ਹਜੇ ਵੀ ਹਾਲਾਤ ਬਹੁਤ ਮਾੜੇ ਨੇ ਪਿੰਡਾਂ ਦੇ ਵਿੱਚ, ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਕਾਲੋਨੀਜ਼ ਦੇ ਵਿੱਚ ਸੜਕਾਂ ਦਾ ਬਹੁਤ ਬੁਰਾ ਹੈ। ਈਵਨ VIP ਸੈਕਟਰ 7 ਹੈ ਜਿਹਦੇ 'ਚ ਐਡਵਾਈਜ਼ਰ ਵੀ ਰਹਿੰਦੇ ਹੈ, ਗਵਰਨਰ ਵੀ ਨੇੜੇ ਰਹਿੰਦੇ ਹੈ, MP ਦਾ ਵੀ ਘਰ ਹੈ, ਉੱਥੇ ਤੁਸੀਂ ਸੜਕਾਂ ਦੇਖ ਲਓ ਟੁੱਟੀ ਹੋਈ ਹੈ, ਮਾਰਕੀਟ ਦੇ ਸਾਹਮਣੇ ਵੀ ਸੜਕ ਦੇਖ ਲਓ ਟੁੱਟੀ ਹੋਈ ਹੈ। ਸੋ ਸਾਰਾ ਸ਼ਹਿਰ ਜਿਹੜਾ ਇਸ ਟਾਈਮ ਭਗਵਾਨ ਭਰੋਸੇ ਹੈ। ਅਵਾਰਾ ਜਿਹੜੇ ਗਊਆਂ ਹੈ, ਵੈਸੇ ਗਊ ਧਨ ਕਹਿੰਦੇ ਹੈ, ਗਊ ਮਾਤਾ ਕਹਿੰਦੇ ਹੈ, ਉਹਨਾਂ ਦੀ ਉਹਨਾਂ ਦਾ ਖਿਆਲ ਰੱਖਣ ਦੀ ਜਗ੍ਹਾ, ਉਹਨਾਂ ਨੂੰ ਪ੍ਰੋਪਰ ਗੋਸ਼ਾਲਾਂ 'ਚ ਲਿਜਾ ਕੇ ਉਹਨਾਂ ਦੇ ਵਾਸਤੇ ਪ੍ਰੋਪਰ ਖਾਣੇ ਦਾ ਇੰਤਜ਼ਾਮ, ਫੀਡ ਦਾ ਇੰਤਜ਼ਾਮ ਕਰਨ ਦੀ ਜਗ੍ਹਾ, ਉਹ ਅੱਜ ਸੜਕਾਂ 'ਤੇ ਰੁਲ ਰਹੀਆਂ ਨੇ ਔਰ ਕਈ ਵਾਰੀ ਐਕਸੀਡੈਂਟਸ ਦਾ ਸ਼ਿਕਾਰ ਹੁੰਦੀਆਂ। ਸੋ ਇਹ BJP ਦੇ ਲੋਕਾਂ ਦੀ ਜਿਹੜੀਆਂ ਨਾ ਕਹਿੰਦੇ ਆ ਜਿਹੜੇ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਹੋਰ। ਕਹਿਣ ਨੂੰ ਸਿਟੀ ਬਿਊਟੀਫੁਲ ਹੈ, ਬਟ ਹੁਣ ਜੋ ਹਾਲਾਤ ਬਣਦੇ ਜਾ ਰਹੇ ਨੇ ਬਾਰਿਸ਼ ਕਰਕੇ, ਕਲੋਨੀਆਂ ਦੇ ਵਿੱਚ ਪਾਣੀ ਭਰਿਆ ਹੋਇਆ, ਪਿੰਡਾਂ ਦੇ ਵਿੱਚ ਕਿਚੜ ਹੋਇਆ ਹੋਇਆ, ਸੈਕਟਰਾਂ ਦੇ ਵਿੱਚ ਜਗ੍ਹਾ ਜਗ੍ਹਾ ਰੋਡ ਗਲੀਜ਼ ਬਲੋਕਡ ਨੇ। ਮਿਊਂਸੀਪਲ ਕਾਰਪੋਰੇਸ਼ਨ ਜਿਹੜੀ BJP ਲੈਡ ਹੈਗੀ ਹੈ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਮੈਂਬਰ ਆਫ ਪਾਰਲੀਮੈਂਟ ਕਿਰਨ ਖੇਰ ਉਸ ਹਿਸਾਬ ਨਾਲ ਫੰਡਸ ਨਹੀਂ ਲੈ ਕੇ ਚੰਡੀਗੜ੍ਹ ਵਾਸਤੇ ਆ ਰਹੇ, ਡਿਵੈਲਪਮੈਂਟ ਟੋਟਲ ਰੁਕੀ ਹੋਈ ਹੈ, ਕੋਈ ਨਵਾਂ ਪ੍ਰੋਜੈਕਟ ਨਹੀਂ ਆ ਰਿਹਾ। ਸਾਡੇ ਟਾਈਮ ਤੁਸੀਂ ਕਾਂਗਰਸ ਦੇ ਦੇਖਿਆ ਹੋਣਾ ਕਿੰਨੇ ਨਵੇਂ ਪਾਰਕ ਬਣੇ, ਗ੍ਰੀਨ ਬੈਲਟਸ ਬਣੀਆਂ, ਮਾਰਕੀਟਸ ਡਿਵੈਲਪ ਹੋਈਆਂ, ਡੈਕੋਰੇਟਿਵ ਲਾਈਟਸ ਲੱਗੀਆਂ, ਪਬਲਿਕ ਟਾਇਲਟਸ ਬਣੇ, ਇੰਨੀ ਡਿਵੈਲਪਮੈਂਟ ਸ਼ਹਿਰ ਦੀ ਹੋਈ। ਹੁਣ ਸ਼ਹਿਰ ਦੀ ਰੈਂਕਿੰਗ ਲਗਾਤਾਰ ਗਿਰਦੀ ਜਾ ਰਹੀ ਹੈ, ਸ਼ਹਿਰ ਨਾਲ ਜੁੜੇ ਹੋਏ ਬਹੁਤ ਮੁੱਦੇ ਨੇ। ਇਹ ਸੋਹਣਾ ਸ਼ਹਿਰ ਹੈ, ਇਹ ਨਹਿਰੂ ਜੀ ਔਰ ਪ੍ਰਤਾਪ ਸਿੰਘ ਕੈਰੋ ਦੇ ਸੁਪਨਿਆਂ ਦਾ ਸ਼ਹਿਰ ਹੈ। ਇਹਨੂੰ ਇਸ ਕਰਕੇ ਬਣਾਇਆ ਸੀ ਕਿ ਇੱਕ ਮਾਡਰਨ ਵਾਈਬ੍ਰੈਂਟ ਸਿਟੀ ਦੀ ਪਹਿਚਾਨ ਚੰਡੀਗੜ੍ਹ ਦੇ ਰੂਪ ਦੇ ਵਿੱਚ ਹੁੰਦੀ ਹੈ। ਦੇਸ਼ ਤੱਕ ਇਹੋ ਜਿਹਾ ਮਾਡਰਨ ਆਧੁਨਿਕ ਸ਼ਹਿਰ ਸੀ, ਪਰ ਅੱਜ ਹਾਲਾਤ ਕੀ ਹੈ, ਅੱਜ ਰੈਂਕਿੰਗ ਕੀ ਹੈ, ਇਹ ਸਾਰੀ ਚਿੰਤਾ ਦੇ ਵਿਸ਼ੇ ਨੇ। ਨੌਕਰੀਆਂ ਲੋਕਾਂ ਕੋਲ ਹੈ ਨਹੀਂ, ਅਨਇੰਪਲੋਇਮੈਂਟ ਇੰਨੀ ਵਧੀ ਹੋਈ ਹੈ, ਬਿਜ਼ਨਸਮੈਨ ਪਰੇਸ਼ਾਨ ਹੈ, ਛੋਟਾ ਮਜ਼ਦੂਰ ਪਰੇਸ਼ਾਨ ਹੈ, ਕਿਸਾਨ ਪਰੇਸ਼ਾਨ ਹੈ, ਲੋਕਾਂ ਕੋਲ, ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹੈ। ਇਹ ਸਾਰੇ ਮੁੱਦੇ ਜਿਹੜੇ ਹੈ, ਮਹਿੰਗਾਈ ਦਾ ਸਭ ਤੋਂ ਵੱਡਾ ਮੁੱਦਾ ਬਣਦਾ ਜਾ ਰਿਹਾ। ਗੈਸ ਸਿਲੰਡਰ ਅੱਜ 253 ਰੁਪਏ ਹੋ ਗਿਆ, ਪਿਛਲੇ ਸਾਲ ਦੇ ਵਿੱਚ 200 ਕੁਛ ਰੁਪਏ ਵਧਿਆ। ਕਾਂਗਰਸ ਦੇ ਟਾਈਮ ਦੇ ਵਿੱਚ ਇਹ ਸਿਲੰਡਰ ਸਿਰਫ 400 ਰੁਪਏ ਸੀਗਾ, ਹੁਣ 250% ਦੀ ਇਨਕਰੀਜ਼ ਹੈ। ਇਹ ਸਾਰੇ ਮੁੱਦੇ ਨੇ, ਲੋਕਾਂ ਨਾਲ ਜੁੜੇ ਹੋਏ ਨੇ, ਲੋਕ ਇਹਨਾਂ ਨਾਲ ਪਰੇਸ਼ਾਨ ਹੈ। ਔਰ BJP ਜਿਹੜੀ ਹੈਗੀ ਹੈ ਉਹ ਸਿਰਫ ਹਿੰਦੂ ਮੁਸਲਮਾਨ ਦਾ ਨੈਰੇਟਿਵ ਇਸ ਦੇਸ਼ ਦੇ ਵਿੱਚ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।